ਪੜਵਾਉਣ ਲਈ ਜਾਂਦੇ ਹੋ ਤਾਂ ਇਹ ਖਬਰ ਜ਼ਰੂਰ ਦੇਖ ਲਿਓ ਕਿਉਂਕਿ ਤੁਹਾਡੇ ਨਾਲ ਵੀ ਕਦੇ ਅਜਿਹਾ ਹੋ ਸਕਦਾ ਤੇ ਤੁਹਾਨੂੰ ਵੀ ਮੋਟਾ ਚੂਨਾ ਲੱਗ ਸਕਦਾ ਯਾਨੀ ਕਿ ਤੁਹਾਨੂੰ ਜਿਹੜਾ ਝਟਕਾ ਲੱਗ ਸਕਦਾ ਤੁਹਾਡੇ ਪੈਸੇ ਕੱਟੇ ਜਾ ਸਕਦੇ ਆ ਤੇ ਤੁਹਾਡੇ ਹੱਥ ਕੁਝ ਵੀ ਨਹੀਂ ਆਏਗਾ। ਦਰਅਸਲ ਇੱਕ ਏਟੀਐਮ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ ਅਜਿਹਾ ਕੀਤਾ ਗਿਆ ਕਿ ਜਿਸ ਨੂੰ ਦੇਖ ਤੁਸੀਂ ਹੈਰਾਨ ਰਹਿ ਜਾਓਗੇ। ਲੋਕ ਆਉਂਦੇ ਸੀ ਪੈਸੇ ਕਢਵਾਉਣ ਦੇ ਲਈ ਤੇ ਜਦੋਂ ਪੈਸੇ ਕਢਵਾਉਣ ਦੇ ਲਈ ਪੂਰੀ ਡਿਟੇਲ ਭਰੀ ਜਾਂਦੀ ਸੀ ਉਸ ਤੋਂ ਬਾਅਦ ਅਕਾਊਂਟ ਦੇ ਵਿੱਚੋਂ ਪੈਸੇ ਕੱਟੇ ਜਾਂਦੇ ਸੀ ਪਰ ਏਟੀਐਮ ਦੇ ਬਾਹਰ ਕੁਝ ਵੀ ਨਹੀਂ ਆਉਂਦਾ ਸੀ ਜਿਸ ਕਾਰਨ ਲੋਕ ਹੈਰਾਨ ਹੁੰਦੇ ਸੀ ਕਿ ਉਹਨਾਂ ਦੇ ਅਕਾਊਂਟ 'ਚੋਂ ਤਾਂ ਪੈਸੇ ਕੱਟੇ ਗਏ ਨੇ ਪਰ ਉਹਨਾਂ ਦੇ ਹੱਥ ਕੁਝ ਵੀ ਨਹੀਂ ਲੱਗਿਆ। ਦਰਅਸਲ ਹੋਇਆ ਕੀ ਕਿ ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ ਏਟੀਐਮ ਦੇ ਬਾਹਰ ਇੱਕ ਟੇਪ ਲਗਾ ਦਿੱਤੀ ਗਈ ਜਿਸ ਥਾਂ ਤੋਂ ਪੈਸੇ ਬਾਹਰ ਨਿਕਲਦੇ ਨੇ ਉਸੇ ਜਗ੍ਹਾ ਦੇ ਉੱਪਰ ਸ਼ਰਾਰਤੀ ਅਨਸਰਾਂ ਦੇ ਵੱਲੋਂ ਇੱਕ ਟੇਪ ਲਗਾਈ ਗਈ ਸੀ ਜਿਸ ਕਾਰਨ ਜਦੋਂ ਵੀ ਕੋਈ ਪੈਸੇ ਕਢਵਾਉਣ ਆਉਂਦਾ ਸੀ ਤਾਂ ਉਸਦੇ ਪੈਸੇ ਅਕਾਊਂਟ 'ਚੋਂ ਕੱਟੇ ਜਾਂਦੇ ਸੀ ਪਰ ਉਸਦੇ ਹੱਥ ਕੁਝ ਨਹੀਂ ਲੱਗਦਾ ਸੀ ਅਤੇ ਲੋਕ ਹੈਰਾਨ ਰਹਿ ਜਾਂਦੇ ਸੀ ਕਿ ਆਖਿਰ ਅਜਿਹਾ ਕੀ ਹੋ ਰਿਹਾ ਅਕਾਊਂਟ ਦੇ ਵਿੱਚੋਂ ਪੈਸੇ ਕੱਟੇ ਗਏ ਨੇ ਪਰ ਏਟੀਐਮ ਤੋਂ ਬਾਹਰ ਕਿਉਂ ਨਹੀਂ ਆ ਰਹੇ ਤਾਂ ਲੋਕ ਪਰੇਸ਼ਾਨ ਹੁੰਦੇ ਸੀ ਬੈਂਕ ਪਹੁੰਚਦੇ ਸੀ ਜਿਸ ਕਾਰਨ ਲੋਕਾਂ ਨੂੰ ਕਾਫੀ ਜ਼ਿਆਦਾ ਵਿਪਤਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਇਸੇ ਦੌਰਾਨ ਜਦੋਂ ਲੋਕਾਂ ਦੇ ਵੱਲੋਂ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਏਟੀਐਮ ਦੇ ਉੱਪਰ ਕਿਸੇ ਸ਼ਰਾਰਤੀ ਅਨਸਰ ਦੇ ਵੱਲੋਂ ਟੇਪ ਲਗਾਈ ਗਿਆ ਤਾਂ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਹਾਨੂੰ ਜਿਹੜੀ ਟੇਪ ਆ ਉਹ ਨਜ਼ਰ ਆ ਰਹੀ ਹੋਏਗੀ। ਦੱਸ ਦਈਏ ਇਹ ਮਾਮਲਾ ਅੰਮ੍ਰਿਤਸਰ ਦੇ ਦਬੁਰਜੀ ਇਲਾਕੇ ਤੋਂ ਸਾਹਮਣੇ ਆਇਆ ਹੈ ਜਿੱਥੇ ਏਟੀਐਮ ਮਸ਼ੀਨ ਦੇ ਉੱਪਰ ਟੇਪ ਲਗਾਈ ਗਈ ਸੀ ਤਾਂ ਦਬੁਰਜੀ ਇਲਾਕੇ ਦਾ ਇਹ ਏਟੀਐਮ ਹੈ। ਇੱਕ ਅਹਿਮ ਗੱਲ ਇਹ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਦੱਸਿਆ ਜਾ ਰਿਹਾ ਕਿ ਇਸ ਤੋਂ ਪਹਿਲਾਂ ਵੀ ਅਜਿਹੀਆਂ ਸ਼ਰਾਰਤਾਂ ਇਸ ਏਟੀਐਮ ਦੇ ਉੱਪਰ ਲੋਕਾਂ ਦੇ ਵੱਲੋਂ ਕੀਤੀਆਂ ਜਾ ਚੁੱਕੀਆਂ ਨੇ ਜਾਂ ਕਹਿ ਲਈਏ ਕਿ ਲੋਕਾਂ ਦੇ ਨਾਲ ਠੱਗੀ ਮਾਰਨ ਵਾਲਿਆਂ ਠੱਗਾਂ ਦੇ ਵੱਲੋਂ ਪਹਿਲਾਂ ਵੀ ਅਜਿਹੇ ਤਰੀਕੇ ਅਪਣਾਏ ਗਏ ਨੇ ਤਾਂ ਹੁਣ ਇੱਕ ਵਾਰ ਫਿਰ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਵਾ। ਉੱਥੇ ਹੀ ਜੇਕਰ ਏਟੀਐਮ ਦੇ ਅੰਦਰ ਲੱਗੇ ਕੈਮਰਿਆਂ ਦੀ ਗੱਲ ਕਰੀ ਤਾਂ ਸ਼ਾਇਦ ਇਹਨਾਂ ਠੱਗਾਂ ਨੂੰ ਉਹਨਾਂ ਕੈਮਰਿਆਂ ਦਾ ਵੀ ਕੋਈ ਡਰ ਜਾਂ ਖੌਫ ਨਹੀਂ ਹੈ ਜਿਸ ਕਾਰਨ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਤਾਂ ਉੱਥੇ ਹੀ ਵੱਡੇ ਸਵਾਲ ਵੀ ਖੜ੍ਹੇ ਹੋ ਰਹੇ ਨੇ ਕਿ ਆਖਿਰ ਵਾਰ ਵਾਰ ਅਜਿਹੀਆਂ ਹਰਕਤਾਂ ਜੋ ਹੋ ਰਹੀਆਂ ਨੇ ਉਹਨਾਂ ਨੂੰ ਠੱਲ ਕਿਉਂ ਨਹੀਂ ਪਾਈ ਜਾ ਰਹੀ। ਉੱਥੇ ਹੀ ਆਮ ਲੋਕਾਂ ਦੀ ਜੇਕਰ ਗੱਲ ਕਰੀਏ ਜੋ ਲੋਕ ਪੈਸੇ ਕਢਵਾਉਣ ਆਉਂਦੇ ਨੇ ਤਾਂ ਉਹਨਾਂ ਨੂੰ ਚੰਗੀ ਜਿਹੜੀ ਇੱਕ ਠੱਗੀ ਹੈ ਇੱਥੇ ਕਹਿ ਸਕਦੇ ਹਾਂ ਵੱਜਦੀ ਹੋਈ ਦਿਖਾਈ ਦੇ ਰਹੀ ਆ। ਉੱਥੇ ਹੀ ਇਸ ਮਾਮਲੇ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਉਹ ਵੀ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਣਾ। ਇਹ ਜੀ ਪਿੰਡ ਦਬੁਰਜੀ, ਆਹ ਦੇਖੋ ਕਿਸੇ ਸ਼ਰਾਰਤੀ ਅਨਸਰ ਨੇ ਬਿਲਕੁਲ ਏਟੀਐਮ ਦੇ ਜਿੱਥੋਂ ਪੈਸੇ ਨਿਕਲਦੇ ਆ ਉਹਦੇ ਅੱਗੇ ਕੋਈ ਵਾਈਟ ਕਲਰ ਦੀ ਚੇਪੜ ਆਈ ਆ, ਠੀਕ ਆ, ਵੀ ਕੋਈ ਪੈਸੇ ਜੇ ਕੋਈ ਕਢਾਉਣ ਆਉਂਦਾ ਵਾ ਤਾਂ ਪੈਸੇ ਉਹਦੇ ਬਾਹਰ ਨਿਕਲਦੇ ਪਏ। ਅਤੇ ਮੇਰੇ ਬ੍ਰਦਰ ਸੀਗੇ ਵੱਡੇ, ਉਹ ਪੈਸੇ ਕਢਾਉਣ ਆਏ ਸੀਗੇ ਪਰ ਉਹਨਾਂ ਦੇ ਪੈਸੇ ਨਹੀਂ ਬਾਹਰ ਆਏ। ਆਹ ਦੇਖੋ ਬਿਲਕੁਲ ਕਲੋਜ਼ ਕਰਕੇ ਮੈਂ ਤੁਹਾਨੂੰ ਦਿਖਾ ਰਿਹਾ ਵਾਂ, ਆਹ ਕਿਸੇ ਸ਼ਰਾਰਤੀ ਅਨਸਰ ਨੇ ਜਿਹੜੀ ਆ ਚਿੱਪ ਲਾਈ ਹੋਈ ਆ, ਪਰ ਇਹਦਾ ਕੌਣ ਚਿੱਪ ਲਾ ਕੇ ਗਿਆ ਇਹਦਾ ਜ਼ਰੂਰ ਪਤਾ ਕਰਨਾ ਚਾਹੀਦਾ ਵਾ। ਇਹ ਦੂਜੀ ਵਾਰੀ ਇੱਥੇ ਜਿਹੜੀ ਘਟਨਾ ਵਾਪਰ ਚੁੱਕੀ ਹੈ। ਅੱਜ ਲਾਇਆ ਡੇ ਕਿਸੇ ਨੇ ਚਿੱਪ ਲਾਈ ਹੈ। ਬੁਲਾ ਦੁਕਾਨਦਾਰ ਨੂੰ, ਬੁਲਾ ਦੁਕਾਨਦਾਰ ਨੂੰ ਬੁਲਾ, ਉਹ ਵਧੀਆ ਕਹਿੰਦੇ ਅੱਗੇ ਆਵੇ ਕੋਈ ਚਿੱਪੜ ਆਈ ਇਹਦੇ ਚਿੱਪੜ ਆਈ ਹੈ।